ਹੁਣ ਆ ਵਾਇਰਸ ਫਿਰਦਾ ਹੈ, ਹੁਣ ਸਭ ਤੋਂ ਜ਼ਰੂਰੀ ਕੀ ਹੈ ਭਲਾ? ਸਮਝ ਕੰਮ ਆਉਣੀ ਹੈ, ਸੱਚਾ ਗਿਆਨ ਕੰਮ ਆਉਣਾ। ਇਹਦੇ ਵਾਸਤੇ ਸਹੀ ਨੌਲੇਜ ਹੈ ਜਿਹੜੀ, ਸਹੀ ਨੌਲੇਜ ਸਾਨੂੰ ਲੱਭਣੀ ਚਾਹੀਦੀ, ਇਕੱਠੀ ਕਰਨੀ ਚਾਹੀਦੀ, ਉਹ ਸਹੀ ਨੌਲੇਜ ਸਾਡੇ ਕੰਮ ਆਏਗੀ, ਉਹਨੇ ਸਾਡਾ ਫਾਇਦਾ ਕਰਨਾ। ਸਹੀ ਨੌਲੇਜ, ਸੱਚਾ ਗਿਆਨ, ਉਹਨੇ ਸਾਨੂੰ ਬਚਾਉਣਾ ਹੈ। ਜੇ ਇਸ ਵੇਲੇ ਸੱਚਾ ਗਿਆਨ ਸਾਡੇ ਕੋਲ ਨਾ ਹੋਇਆ ਤੇ ਅਸੀਂ ਰੋਗੀ ਹੋ ਸਕਦੇ ਹਾਂ? ਫਿਰ ਉਹਨੇ ਇਹ ਥੋੜਾ ਵੇਖਣਾ ਤੁਸੀਂ ਚੋਲਾ ਪਾਇਆ, ਤੁਸੀਂ ਕਿਰਪਾਨ ਪਾਈ ਹੈ, ਤੁਸੀਂ ਗਾਤਰਾ ਪਾਇਆ, ਤੁਸੀਂ ਕੀਰਤਨ ਕਰਦੇ ਆ, ਤੁਸੀਂ ਧੋਤੀ ਹੈ, ਤੁਹਾਡੇ ਬੋਧੀ ਹੈ, ਤੂੰ ਮੁਸਲਮਾਨ ਹੈ, ਤੂੰ ਰੋਜ਼ ਨਮਾਜ਼, ਤੂੰ ਗੁਰਦੁਆਰੇ ਰਹਿੰਦਾ, ਤੂੰ ਮਸਜਿਦ ਵਿੱਚ ਜਾਏਗਾ। ਆ ਪਿੱਛੇ ਜੇ ਮਸਜਿਦ ਵਾਲਿਆਂ ਨੂੰ ਹੋ ਗਿਆ ਕੋਰੋਨਾ ਵਾਇਰਸ ਹੋਇਆ, ਤੂੰ ਮਸਜਿਦ ਵਿੱਚ ਰਹਿ ਰਿਹਾ, ਦਿੱਲੀ ਦਾ ਹੋਇਆ ਨਾ ਕੇਸ, ਤੇ ਉਹਨਾਂ ਨੇ ਥੋੜਾ ਵੇਖਣਾ ਤੂੰ ਮਸਜਿਦ 'ਚ ਬੈਠਾ ਤੈਨੂੰ ਨਹੀਂ ਹੋਣਾ। ਸਮਝ ਦੀ ਲੋੜ ਮਸਜਿਦ ਵਿੱਚ ਬੈਠੇ ਮੁਸਲਮਾਨਾਂ ਨੂੰ ਵੀ ਹੋਣੀ ਚਾਹੀਦੀ, ਤੇ ਸਮਝ ਦੀ ਜਿਹੜੀ ਖੇਡ ਹੈ ਉਹ ਸਮਝ ਕੁਦਰਤੀ ਨਿਜਮ ਦੀ ਹਰ ਆਮ ਖਾਸ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਹਾਲਾਂਕਿ ਕੁਦਰਤ ਵਿੱਚ ਤੇ ਬੰਦੇ ਇੱਕੋ ਜਿਹੇ ਹੀ ਨੇ, ਕੋਈ ਆਮ ਖਾਸ ਨਹੀਂ, ਪਰ ਜੇ ਅਸੀਂ ਕੋਈ ਵੀ ਹੈ ਵੱਡਾ ਛੋਟਾ ਅਮੀਰ ਗਰੀਬ, ਹਰ ਬੰਦੇ ਨੂੰ ਕੁਦਰਤ ਦੀ ਸਮਝ ਹੋਏਗੀ ਤੇ ਬਚੇਗਾ, ਨਹੀਂ ਤੇ ਇਹ ਸਜ਼ਾ ਦਿੰਦੀ ਹੈ। ਚਾਹੇ ਉਹ ਮੁਸਲਮਾਨ ਹੋਵੇ, ਚਾਹੇ ਹਿੰਦੂ ਹੋਵੇ, ਚਾਹੇ ਸਿੱਖ ਹੋਵੇ, ਕੁਦਰਤ ਦਾ ਵਿਧਾਨ ਸਾਰਿਆਂ ਲਈ ਇੱਕੋ ਜਿਹਾ। ਇਹਨੂੰ ਕਹਿੰਦੇ ਨੇ ਨਿਰਭਉ ਨਿਰਵੈਰ। ਇਹ ਡਰਦਾ ਵੀ ਨਹੀਂ ਕਿਸੇ ਤੋਂ, ਇਹ ਨਹੀਂ ਡਰਦਾ ਵੀ ਇਹਦੇ ਤੋਂ ਕੋਈ ਖਤਰਾ ਹੈ, ਇਹ ਡਰਦਾ ਨਹੀਂ ਕਿਸੇ ਤੋਂ। ਇਹਨੇ ਰਾਸ਼ਟਰਪਤੀ ਵੀ ਫੜ ਲੈਣਾ, ਇਹਨੇ ਪ੍ਰਧਾਨ ਮੰਤਰੀ ਵੀ ਫੜ ਲੈਣਾ, ਪ੍ਰਧਾਨ ਮੰਤਰੀ ਦੀ ਘਰਵਾਲੀ ਨੂੰ ਵੀ ਇਹਨੇ ਫੜ ਲੈਣਾ, ਤੇ ਇਸ ਕੁਦਰਤ ਦੇ ਵਿਧਾਨ ਨੇ ਬਾਬਾ ਵੀ ਫੜ ਲੈਣਾ, ਪਾਠੀ ਵੀ ਫੜ ਲੈਣਾ, ਮੁਸਲਮਾਨ ਵੀ ਟੋਪੀ ਵਾਲਾ ਫੜ ਲੈਣਾ। ਇਹਨੇ ਬੋਧੀ ਨਹੀਂ ਵੇਖਣੀ, ਇਹਨੇ ਧੋਤੀ ਨਹੀਂ ਵੇਖਣੀ, ਇਹਨੇ ਰਾਗੀ ਨਹੀਂ ਵੇਖਣਾ। ਕੁਦਰਤ ਦਾ ਵਿਧਾਨ ਹੈ। ਸਾਡੇ ਰਾਗੀ ਨਿਰਮਲ ਸਿੰਘ ਹੋਣਾ ਨੂੰ ਹੋਇਆ, ਆਪਾਂ ਨੂੰ ਪਤਾ ਲੱਗਾ, ਬੜੀ ਦੁੱਖ ਦੀ ਇਹ ਗੱਲ ਹੈ। ਮੈਂ ਘਰਾਂ 'ਚ ਵੀ ਸ਼ਾਇਦ ਸੁਣਦੇ ਹੋਣਗੇ ਸਾਰੇ, ਰਾਗੀ ਨਿਰਮਲ ਸਿੰਘ ਹੋਣਾ ਬਾਰੇ ਬਹੁਤਾ ਨਹੀਂ ਜਾਣਦਾ, ਕਿਉਂਕਿ ਮੈਂ ਉਹਨਾਂ ਨੂੰ ਨਾ ਕਦੇ ਮਿਲਿਆ। ਇੱਕ ਵਾਰ ਮੈਂ ਜਹਾਜ਼ ਵਿੱਚ ਮਿਲਿਆ ਸੀ ਅਮਰੀਕਾ ਤੋਂ ਆਉਂਦਿਆਂ, ਫਤਿਹ ਬੁਲਾ ਹੋਈ ਸੀ, ਮਾੜਾ ਜਿਹਾ ਬਸ ਖੜੇ ਖੜੇ ਮਿਲੇ ਸੀ, ਉਹ ਵੀ ਕਈ ਸਾਲ ਹੋ ਗਏ, 8-10 ਸਾਲ। ਬਹੁਤਾ ਮੈਂ ਭਾਈ ਅਮਰੀਕ ਨਿਰਮਲ ਸਿੰਘ ਹੋਣਾ ਨੂੰ, ਜੋ ਹਜ਼ੂਰੀ ਰਾਗੀ ਦਰਬਾਰ ਸਾਹਿਬ ਦੇ ਰਹੇ ਹੈ, ਉਹਨਾਂ ਨੂੰ ਮੈਂ ਨਹੀਂ ਜਾਣਦਾ। ਪਰ ਮੈਂ ਨਾ ਅੱਜ ਉਹਨਾਂ ਦੀਆਂ ਇੱਕ ਦੋ ਇੰਟਰਵਿਊ ਵੀ ਸੁਣੀਆਂ। ਇੱਕ ਗੱਲ ਪੱਕੀ ਹੈ, ਕੀਰਤਨ ਤੇ ਆਪਾਂ ਉਹਨਾਂ ਦਾ ਕਈ ਵਾਰੀ ਸੁਣਿਆ, ਕਿਉਂਕਿ ਚੰਗੇ ਰਾਗੀ ਸੀ ਆਪਣੇ, ਜਿਹੜਾ ਉਹਨਾਂ ਦੀ ਜਿਹੜੀ ਫੀਲਡ ਸੀ ਉਹਦੇ ਵਿੱਚ ਉਹ ਮਾਹਰ ਸੀ। ਬੰਦਾ ਮਾਹਰ ਹੋਣਾ ਚਾਹੀਦਾ ਜੇ ਡਰਾਈਵਰੀ ਦੇ ਫੀਲਡ 'ਚ, ਉਹਦੇ ਵਿੱਚ ਪੂਰਾ ਮਾਹਰ ਹੋਵੇ ਤੇ ਚੰਗੀ ਗੱਲ ਹੈ। ਪਿਆਰ ਦਾ ਪਤਾ ਉਦੋਂ ਲੱਗਦਾ ਜਦੋਂ ਵਿਚਾਲੇ ਕੋਈ ਜਾ, ਜਦੋਂ ਨਾ ਜੇ ਕੋਈ ਤੁਹਾਨੂੰ ਪਤਾ ਲੱਗੇ ਬੰਦਾ ਪਿਆਰ ਕਿਹਨੂੰ ਕਰਦਾ, ਇੱਕ ਉਹਦੇ ਤੋਂ ਬਿਨਾਂ ਕੁਝ ਹੋਰ ਨਾ ਦਿਸੇ ਇਹ ਪਿਆਰ ਹੁੰਦਾ। ਜਿਹੜਾ ਬੰਦਾ ਆਪਣੇ ਕੰਮ ਨਾਲ ਪਿਆਰ ਕਰਦਾ ਹੁੰਦਾ ਨਾ, ਕੰਮ ਤੇ ਉਹ ਇੱਕ ਮਿਕ ਹੋਏ ਹੋਣ ਉਹਨੂੰ ਪਿਆਰ ਕਹਿੰਦੇ ਆ, ਇੱਕ ਮਿਕ ਹੋ ਜਾਣ। ਐ ਜਦੋਂ ਨਿਰਮਲ ਸਿੰਘ ਹੋਣਾ ਦਾ ਕੀਰਤਨ ਸੁਣਦੇ ਸੀ ਸਾਰੇ, ਤੇ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਕੀਰਤਨ ਜਿਹੜਾ ਆਪਣੀ ਕਲਾ ਜਿਹੜੀ ਹੈ, ਉਹਨਾਂ ਦਾ ਕਿੱਦਾਂ ਦਾ ਜੀਵਨ ਰਿਹਾ ਆਪਾਂ ਨਹੀਂ ਜਾਣਦੇ, ਪਰ ਉਹਨਾਂ ਦੀ ਜਿਹੜੀ ਕਲਾ ਹੈ ਉਹਦੇ ਤੇ ਮਿਹਨਤ ਸੀ ਜਿਹੜੀ, ਉਹ ਪਕੜ ਸੀ ਜਿਹੜੀ ਆਪਣੀ ਕਲਾ ਦੀ, ਉਹ ਦਿਸਦੀ ਸੀ। ਮਤਲਬ ਸਾਰੇ ਰਾਗੀਆਂ ਤੋਂ, ਜੇ ਆਪਾਂ ਜਿਹਨੂੰ ਅਸੀਂ ਕਹਿੰਦੇ ਹਾਂ ਕਲਾਸੀਕਲ ਗਾਉਣਾ ਜਾਂ ਗਲੇ ਦੀਆਂ ਹਰਕਤਾਂ, ਉਹਦੇ ਵਿੱਚ ਉਹ ਸਾਰਿਆਂ ਤੋਂ ਮਾਰ ਸੀ, ਸਿਰੇ ਸੀ ਆਪਣੀ ਕਲਾ ਕਰਕੇ। ਇੱਕ ਤੇ ਇਹ ਕੁਆਲਿਟੀ ਸੀ, ਕੋਈ ਸ਼ੱਕ ਨਹੀਂ ਵੀ ਆਪਣੇ ਗੁਣ ਦੇ ਉੱਤੇ ਪਕੜ ਹੈ, ਮਿਹਨਤ ਕੀਤੀ ਹੋਣੀ ਹੈ, ਮਿਹਨਤ ਹੋਣੀ ਚਾਹੀਦੀ ਹੈ, ਇੱਕ ਗੱਲ ਤੇ ਇਹ। ਦੂਜੀ ਗੱਲ ਮੈਂ ਜੋ ਨਿਰਮਲ ਸਿੰਘ ਹੋਣਾ ਦੀ, ਜੋ ਭਾਈ ਨਿਰਮਲ ਸਿੰਘ ਸਨ ਰਾਗੀ ਦਰਬਾਰ ਸਾਹਿਬ ਦੇ, ਦੂਜੀ ਗੱਲ ਉਹਨਾਂ ਦੇ ਵਿੱਚ ਜਿਹੜੀ ਮੈਂ ਅੱਜ ਉਹਨਾਂ ਦੀ ਇੱਕ ਸੁਣੀ, ਸੈਮੀਨਾਰ ਵਿੱਚ ਬੋਲਦਿਆਂ ਨੂੰ ਸੁਣਿਆ, ਸੈਮੀਨਾਰ ਵਿੱਚ ਉਹਨਾਂ ਨੇ ਬੋਲਦਿਆਂ ਇਹ ਗੱਲ ਕਹੀ ਕਿ ਮੈਂ, ਉਹਨਾਂ ਨੇ ਸ਼ਬਦ ਸਿੱਧਾ ਹੀ ਬੋਲਿਆ ਵੀ ਮੈਂ, ਮਾਫ ਕਰਨਾ, ਮਜ਼ਬੀਆਂ ਦਾ ਮੁੰਡਾ, ਏਦਾਂ ਕਿਹਾ। ਤੇ ਮੈਂ ਇੱਥੋਂ ਤੱਕ ਮੈਂ ਬਹੁਤ ਘੱਟ ਪੜ੍ਹਿਆ ਲਿਖਿਆ, ਪਰ ਮੈਂ ਦੋ ਕਿਤਾਬਾਂ ਲਿਖੀਆਂ। ਮੇਰੀ ਅਨਪੜ੍ਹ ਬੰਦੇ ਦੀਆਂ ਲਿਖੀਆਂ ਕਿਤਾਬਾਂ ਦੇ ਉੱਤੇ ਕਹਿੰਦੇ 26
ਨੌਜਵਾਨਾਂ ਨੇ 26 ਵਿਦਿਆਰਥੀਆਂ ਨੇ ਪੀਐਚਡੀ ਕੀਤੀ ਹੈ ਮੇਰੀਆਂ ਲਿਖੀਆਂ ਕਿਤਾਬਾਂ ਤੇ ਪੀਐਚਡੀ ਕੀਤੀ ਹੈ ਮੈਂ ਅਨਪੜ੍ਹ ਬੰਦਾ ਇੱਕ ਤੇ ਸਟੇਟਮੈਂਟ ਉਹਨਾਂ ਦੀ ਇਹ ਮੈਂ ਸੁਣੀ ਤੇ ਨਾਲ ਮੈਂ ਸੁਣੀ ਕਹਿੰਦੇ ਹੈ ਭਾਵੇਂ ਮੈਂ ਧਾਰਮਿਕ ਪਰ ਮੈਂ ਇਹ ਕਹਿਣਾ ਇਹ ਨਹੀਂ ਕਹਿੰਦਾ ਕਿ ਰੱਬ ਨੇ ਕਿਰਪਾ ਕੀਤੀ ਨਿਰਮਲ ਸਿੰਘ ਉਹਨਾਂ ਦੀ ਸਟੇਟਮੈਂਟ ਹੈ ਸੁਣ ਕੇ ਵੇਖ ਡੇਢ ਦੋ ਮਿੰਟ ਦੀ ਹੈ ਨੈਟ ਤੇ ਪਈ ਹੈ ਕਹਿੰਦੇ ਹੈ ਭਾਵੇਂ ਮੈਂ ਧਾਰਮਿਕ ਪਰ ਮੈਂ ਇਹ ਨਹੀਂ ਕਹਿੰਦਾ ਮੇਰੇ ਤੇ ਰੱਬ ਨੇ ਕਿਰਪਾ ਕੀਤੀ ਹੈ ਮੈਂ ਇਹ ਕਹਿੰਦਾ ਵੀ ਮਿਹਨਤ ਤੁਹਾਨੂੰ ਆਪ ਕਰਨੀ ਪਏਗੀ ਕਿਉਂਕਿ ਰੱਬ ਸਾਡੇ ਵਿੱਚ ਹੀ ਮਿਹਨਤ ਤੁਹਾਨੂੰ ਆਪ ਕਰਨੀ ਪਏਗੀ ਇੱਥੇ ਤੱਕ ਜੇ ਮੈਂ ਪਹੁੰਚਿਆ ਆਪਣੀ ਮਿਹਨਤ ਕਰਕੇ ਪਹੁੰਚਿਆ ਤੇ ਮੈਂ ਗਰੀਬ ਘਰੋਂ ਉੱਠ ਕੇ ਆਇਆ ਤੇ ਉਹ ਇੱਕ ਨਿਊਜ਼ੀਲੈਂਡ ਦੇ ਵਿੱਚ ਵੀ ਵੀਡੀਓ ਉਹਨਾਂ ਦੀ ਗੱਡੀ ਚਲਾਉਂਦਿਆਂ ਦੀ ਮੈਂ ਸੁਣੀ ਅੱਜ ਉਹਦੇ 'ਚ ਵੀ ਇੰਟਰਵਿਊ 'ਚ ਬੋਲਦੇ ਆ ਕਿ ਮੈਂ ਕਿੱਥੋਂ ਐਡੀਆਂ ਐਡੀਆਂ ਗੱਡੀਆਂ ਵੇਖਣੀਆਂ ਸੀ ਪਰ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਨਾ ਉਹ ਹੈ ਕਿ ਮਿਹਨਤ ਮਿਹਨਤ ਹੈ ਜਿਹੜੀ ਤੁਹਾਨੂੰ ਕਿਤੇ ਦੀ ਕਿਤੇ ਪਹੁੰਚਾਉਂਦੀ ਹੈ ਕਿਤੇ ਦੀ ਕਿਤੇ ਲੈ ਜਾਂਦੀ ਹੈ ਲਗਨ ਨਾ ਛੱਡੇ ਇੱਕ ਮੈਂ ਉਹ ਕਹਿੰਦੇ ਐਟਲਸ ਸਾਈਕਲ ਲੈਣ ਦੀ ਮੇਰੀ ਔਕਾਤ ਨਹੀਂ ਸੀ ਪਰ ਮੈਂ ਪ੍ਰਾਡੋ ਵਰਗੀ ਗੱਡੀ 'ਚ ਜੇ ਬੈਠਾਂ ਤੇ ਆਪਣੇ ਗੁਣ ਕਰਕੇ ਆਪਣੀ ਮਿਹਨਤ ਕਰਕੇ ਬੈਠਾਂ ਇਹ ਕਿਹਾ ਤੇ ਜਿਹੜਾ ਸਿੱਖ ਜਗਤ ਸੁਣਦਾ ਸ਼ਾਇਦ ਆ ਕਲਿੱਪ ਵੀ ਬਣ ਜਾ ਪੈ ਜਾਏਗਾ ਸੁਣ ਕੇ ਇਹ ਗੱਲ ਨੂੰ ਜ਼ਰੂਰ ਨੋਟ ਕਰਿਓ ਕਿ ਜੇ ਪਦਮ ਸ਼੍ਰੀ ਤੱਕ ਕੋਈ ਬੰਦਾ ਜਾਂਦਾ ਹੈ ਪਦਮ ਸ਼੍ਰੀ ਤੇ ਚਲੋ ਛੱਡੋ ਵੀ ਬਣੇ ਕਿਵੇਂ ਮਿਲਿਆ ਆਪਾਂ ਨੂੰ ਪਤਾ ਨਹੀਂ ਉਹਨਾਂ ਦੀ ਮਿਹਨਤ ਕਰਕੇ ਪਰ ਜਿਹੜਾ ਸਾਹਮਣੇ ਕੀਰਤਨ ਉਹ ਤਾਂ ਸਾਡੇ ਸਾਹਮਣੇ ਦਿਖਦਾ ਨਾ ਜਿਹੜੀਆਂ ਉਹਨਾਂ ਦੀਆਂ ਉਹਨਾਂ ਦੇ ਮਿਹਨਤ ਜਿਹੜੀ ਉਹ ਤੇ ਬੋਲਦੀ ਹੈ ਨਾ ਕੁਆਲਿਟੀ ਤੇ ਬੰਦੇ ਦੀ ਦਿਸ ਪੈਂਦੀ ਹੈ ਉਹ ਤੇ ਦਿਸਦੀ ਹੈ ਇੱਥੋਂ ਤੱਕ ਜਾਣ ਵਾਸਤੇ ਬੰਦੇ ਨੂੰ ਕਹਿੰਦੇ ਮਿਹਨਤ ਉਹ ਆਪ ਕਹਿੰਦੇ ਮੈਨੂੰ ਮਿਹਨਤ ਤਾਂ ਭਾਵੇਂ ਮੈਂ ਧਾਰਮਿਕ ਹਾਂ ਪਰ ਮੈਂ ਇਹ ਨਹੀਂ ਕਹਿੰਦਾ ਵੀ ਰੱਬ ਨੇ ਮੈਨੂੰ ਆਪ ਮੈਂ ਮਿਹਨਤ ਉਹ ਕੀਤੀ ਹੈ ਕਿਉਂਕਿ ਸਾਨੂੰ ਪਾਤਸ਼ਾਹ ਨੇ ਸਿਖਾਇਆ ਹੀ ਹੈ ਕਿ ਤੂੰ ਆਪਣੇ ਆਪ ਨੂੰ ਪਛਾਣ ਤੇਰੀ ਕੁਆਲਿਟੀ ਕੀ ਹੈ ਮਨ ਤੂੰ ਜੋਤ ਸਰੂਪ ਹੈ ਤੂੰ ਉਸ ਰੱਬ ਦਾ ਰੂਪ ਹੈ ਤੇਰੇ ਚੰਸ ਹੈ ਆਪਣਾ ਮੂਲ ਪਛਾਣ ਕਹੋ ਕਬੀਰ ਏ ਰਾਮ ਕੀ ਅੰਸ ਅਸੀਂ ਉਹਦੀ ਅੰਸ ਹਾਂ ਅਸੀਂ ਪਛਾਣੀਏ ਆਪਣੇ ਆਪ ਨੂੰ ਲੱਭੀਏ ਤੇ ਮਿਹਨਤ ਕੀਤੀ ਹੈ ਕੀਰਤਨ ਕੀਤਾ ਹੈ ਸਾਰੀ ਜ਼ਿੰਦਗੀ ਬਾਣਾ ਪਾ ਕੇ ਰੱਖਿਆ ਦਰਬਾਰ ਸਾਹਿਬ ਕੀਰਤਨ ਕੀਤਾ ਹੈ ਪਰ ਜਿੱਦਣ ਰੋਗ ਇਹ ਆਉਂਦਾ ਹੈ ਇਹ ਨਹੀਂ ਵੇਖਦਾ ਕਿ ਤੁਸੀਂ ਕੀਰਤਨ ਜੇ ਹੁਣ ਮੈਂ 20 ਸਾਲ ਹੋ ਗਏ ਮੈਨੂੰ ਫਿਰਦੇ ਨੂੰ ਤੇ ਮੈਨੂੰ ਨਹੀਂ ਬਖਸ਼ੇਗਾ ਕਿਤੇ ਉਹਨੇ ਵੇਖਣਾ ਵੀ ਤੂੰ ਚੋਲਾ ਪਾਇਆ ਤੂੰ ਅੰਮ੍ਰਿਤ ਛਕਾਇਆ ਤੂੰ ਕੀ ਗੱਲ ਕਰਦਾ ਜੇ ਮੈਂ ਬੇਧਿਆਨੀ ਕਰਾਂਗਾ ਤੇ ਮੈਨੂੰ ਵੀ ਉਹਨੇ ਫੜ ਲੈਣਾ ਉਸ ਰੋਗ ਨੇ ਉਸ ਬਿਮਾਰੀ ਨੇ ਮੈਨੂੰ ਵੀ ਫੜਨਾ ਹਰ ਇੱਕ ਨੂੰ ਫੜਨਾ ਇਸ ਕਰਕੇ ਇਹ ਭਾਵੇਂ ਕੋਈ ਬੋਧੀ ਵਾਲਾ ਭਾਵੇਂ ਟੋਪੀ ਵਾਲਾ ਭਾਵੇਂ ਉਹ ਚੋਲੇ ਵਾਲਾ ਭਾਵੇਂ ਜੈਨੀ ਬੋਧੀ ਕੋਈ ਹੋਵੇ ਕੁਦਰਤ ਦਾ ਨਿਯਮ ਸਾਰਿਆਂ ਲਈ ਇੱਕੋ ਜਿਹਾ ਹੈ ਨਿਰਭਉ ਨਿਰਵੈਰ ਪਰ ਇੱਕ ਗੱਲ ਚਾਹੀਦੀ ਸੀ ਜੋ ਮੈਂ ਵੇਖ ਰਿਹਾ ਸੀ ਦੋਸ਼ ਹੈ ਬਈ ਪ੍ਰੋਪਰ ਕੇਅਰ ਨਹੀਂ ਹੋ ਸਕੀ ਜਾਂ ਇਦਾਂ ਨਹੀਂ ਹੋਇਆ ਸ਼੍ਰੋਮਣੀ ਕਮੇਟੀ ਦੇ ਬਜਟ ਦੇ ਹਿਸਾਬ ਨਾਲ ਘੱਟ ਤੋਂ ਘੱਟ ਜਿੱਥੇ ਗੁਰਦੁਆਰਿਆਂ ਤੇ ਇੰਨਾ ਇੰਨਾ ਪੈਸਾ ਲਾਇਆ ਜਾਂਦਾ ਇਹੋ ਜਿਹਾ ਘੱਟ ਤੋਂ ਘੱਟ ਇੱਕ ਹਸਪੀਟਲ ਤੇ ਇਹਨਾਂ ਕੋਲ ਚਾਹੀਦਾ ਸੀ ਜਿੱਥੇ ਇਦਾਂ ਦੇ ਵੈਂਟੀਲੇਟਰ ਹੁੰਦੇ ਆਪਣੇ ਬੰਦੇ ਤੇ ਘੱਟ ਤੋਂ ਘੱਟ ਬਚਾ ਲੈਂਦੇ ਜਿਹੜੇ ਆਪਣੇ ਨੇ ਜਿਨ੍ਹਾਂ ਨੇ ਇੰਨੇ ਇੰਨੇ ਸਾਲ ਕੀਰਤਨ ਕੀਤੇ ਹੈ ਜੇ ਉਹਨੇ ਮੱਥਾ ਟੇਕਣ ਜਾਣਾ ਹੁੰਦਾ ਤੇ ਤਾਂ ਵੀ ਕਹਿਣਾ ਸੀ ਕਿ ਰਾਗੀ ਜੀ ਤੁਸੀਂ ਬਾਹਰ ਬੈਠੋ ਤੁਹਾਨੂੰ ਵਾਇਰਸ ਹੋਇਆ ਹੋਰਾਂ ਨੂੰ ਨਾ ਹੋ ਜਾਏ ਪਰ ਚਲੋ ਜੇ ਅੰਦਰ ਨਹੀਂ ਤੇ ਘੱਟ ਤੋਂ ਘੱਟ ਬਾਹਰ ਇਦਾਂ ਦਾ ਹਸਪੀਟਲ ਸ਼੍ਰੋਮਣੀ ਕਮੇਟੀ ਦਾ ਚਾਹੀਦਾ ਸੀ ਜਿੱਥੇ ਇਹੋ ਜਿਹੇ ਰਾਗੀਆਂ ਦੀ ਜਾਨ ਬਚਾਈ ਜਾ ਸਕੇ ਕੁਛ ਨਾ ਕੁਛ ਹੁੰਦਾ ਇਦਾਂ ਦਾ ਹੋਵੇ ਸਿੱਖਾਂ ਦਾ ਇਦਾਂ ਨਾਂ ਹੈ ਤੇ ਐਸਾ ਹਸਪੀਟਲ ਹੈ ਜਿਹੜਾ ਸਿੱਖਾਂ ਕੋਲ ਹੈ ਕਿਸੇ ਕੋਲ ਨਹੀਂ ਇੰਡੀਆ ਦੇ ਵਿੱਚ ਇਹ ਬਜਟ ਕਿਤੇ ਥੋੜਾ ਕਰੋੜਾਂ ਰੁਪਇਆ ਬਜਟ ਜਿਹੜੇ ਬੰਦਿਆਂ ਨੇ ਮਿਹਨਤ ਕੀਤੀ ਹੁੰਦੀ ਹੈ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਗੱਲ ਕਲਾ ਦੀ ਕਰਦਾ ਕਲਾ ਜੇ ਤੁਸੀਂ ਮਿਹਨਤ ਕਰੋਗੇ ਤੇ ਕਿਤੇ ਦੀ ਕਿਤੇ ਪਹੁੰਚੋਗੇ ਹਰ ਫੀਲਡ ਦੇ ਵਿੱਚ ਮਿਹਨਤ ਕਰਨੀ ਚਾਹੀਦੀ ਬੰਦਾ ਆਪਣੇ ਗੁਣ ਦੇ ਵਿੱਚ ਨਾ ਇੱਕਮਿਕ ਹੋ ਜਾਏ ਇੱਕ ਹੋ ਜਾਏ ਜਦੋਂ ਕੰਮ ਕਰਦਾ ਹੋਵੇ ਬਸ ਉਹ ਕੰਮ ਦਾ ਹੀ ਰੂਪ ਹੋ ਜਾਏ ਜਿਹੜੇ ਕੰਮ ਮੈਂ ਕਰਕੇ ਕਿੰਨੀ ਵਾਰੀ ਕਹਿੰਦਾ ਹੁੰਦਾ ਵੀ ਕੰਮ ਇਦਾਂ ਕਰੋ ਕੰਮ ਵੀ ਕਵੇ ਵੀ ਮੈਨੂੰ ਇਹਨੇ ਕੀਤਾ ਆਪਾਂ ਗੱਲ ਨਹੀਂ ਕਰਦੇ ਵੀ ਕੰਮ ਕਵੇ ਯਾਰ ਇਹਨੇ ਮੈਨੂੰ ਕੀਤਾ ਇੰਨਾ ਵਧੀਆ ਕੰਮ ਹੋਣਾ ਚਾਹੀਦਾ ਜੇ ਹੁਣ ਆਪਾਂ ਵਾਜਾ ਵਜਾਉਂਦੇ ਸਾਡਾ ਵਾਜਾ ਵਜਾਉਣ ਵੇ ਤੇ ਨਿਰਮਲ ਸਿੰਘ ਵਜਾਏਗਾ ਤੇ ਨਿਰਵਾਜੇ ਨੇ ਵੀ ਕਹਿਣਾ ਯਾਰ ਇਹਨੇ ਵਜਾਇਆ ਮੈਨੂੰ
ਮੇਰੇ ਵਿੱਚ ਤੇ ਬਹੁਤ ਕੁਝ ਸੀ ਪਰ ਸਾਰਿਆਂ ਨੂੰ ਕੱਢਣਾ ਨਹੀਂ ਆਉਂਦਾ ਮਤਲਬ ਉਹ ਚੀਜ਼ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਆਪਣੇ ਫੀਲਡ ਵਿੱਚ ਜਿੰਨੇ ਸੁਣਨ ਵਾਲੇ ਆ ਆਪਣੇ ਆਪਣੇ ਫੀਲਡ ਵਿੱਚ ਹਰ ਬੰਦੇ ਨੂੰ 100% ਮਿਹਨਤ ਕਰਨੀ ਚਾਹੀਦੀ ਹੈ ਚਾਹੇ ਜਿੱਦਾਂ ਦਾ ਵੀ ਫੀਲ ਭਾਵੇਂ ਸਫਾਈ ਕਰਨ ਵਾਲਾ ਫੀਲਡ ਵੀ ਹੋਵੇ ਕਈਆਂ ਦੀ ਸਫਾਈ ਵੀ ਚੈੱਕ ਹੁੰਦੀ ਹੈ ਵੀ ਜਿੱਦਾਂ ਉਹਨੇ ਸਫਾਈ ਕੀਤੀ ਹੋਈ ਤੇ ਉਹਦੀ ਵੇਖਿਓ ਤੁਸੀਂ ਇੱਕ ਇੱਕ ਚੀਜ਼ ਚੈੱਕ ਹੁੰਦੀ ਹੈ ਤਾਂ ਕਰਕੇ ਘੱਟ ਤੋਂ ਘੱਟ ਸ਼੍ਰੋਮਣੀ ਕਮੇਟੀ ਕੋਲ ਇਦਾਂ ਦਾ ਹੁਣ ਸਾਨੂੰ ਦੁੱਖ ਹੈ ਜੀ ਦੁਨੀਆ 'ਚੋਂ ਜਾਣ ਦਾ ਦੁੱਖ ਹੈ ਜੀ ਕੋਈ ਇਦਾਂ ਦਾ ਹੈ ਹੀ ਨਹੀਂ ਸਾਡੇ 'ਚ ਜਿਹੜਾ ਹੋਣਾ ਚਾਹੀਦਾ ਕਹੀ ਤੇ ਜਾਂਦੇ ਹਾਂ ਅਸੀਂ ਜੋ ਮਰਜ਼ੀ ਕਹੀ ਜਾਈਏ ਬਾਕੀ ਕੁਦਰਤ ਦਾ ਵਿਧਾਨ ਸਾਰਿਆਂ ਲਈ ਇੱਕੋ ਜਿਹਾ ਇਹ ਗੱਲ ਨੋਟ ਕਰਨ ਵਾਲੀ